ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਕੈਨੇਡਾ ਨੇ ਪ੍ਰਵਾਸੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਟੜਾ-ਟੜ ਲੱਗਣਗੇ ਬੀਜੇ ਪਰਿਵਾਰਸ ਨੂੰ ਮਿਲੇਗੀ ਪੀਆ ਸਤਿ ਸ੍ਰੀ ਅਕਾਲ ਦੋਸਤੋ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ ਹੈ ਕੈਨੇਡਾ ਨੇ ਪ੍ਰਵਾਸੀਆਂ ਦੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਕੈਨੇਡਾ ਵਿੱਚ ਇਸ ਸਮੇਂ ਨਰਸਾਂ ਤੇ ਨੈਣੇਜ ਦੇ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲੀਆਂ ਹਨ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਤੇ ਨੈਣੀ ਦਾ ਕੰਮ ਕਰਨ ਦੇ ਲਈ ਇੱਥੇ ਆਇਆਂ ਹਨ ਤੇ ਇਹ ਚੰਗੀ ਕਮਾਈ ਕਰ ਰਹੀਆਂ ਹਨ ਤੁਹਾਡੇ ਕੋਲ ਨਰਸਾਂ ਤੇ ਨੈਣੀ ਦੇ ਰੂਪਰੇ ਵਿੱਚ ਕੈਨੇਡਾ ਆਉਣ ਦਾ ਮੌਕਾ ਹੈ ਤੇ ਤੁਸੀਂ ਕੈਨੇਡਾ ਦੀ ਪੀਆਰ ਵੀ ਲੈ ਸਕਦੇ ਹੋ NOC 4411 4412 ਪਾਇਲਟ ਪ੍ਰ ਸ਼੍ਰੇਣੀ ਦੇ ਅਧੀਨ ਹੈ ਚੰਗੀ ਗੱਲ ਇਹ ਹੈ ਕਿ ਮੌਕਾ ਬਿਨੇਕਾਰ ਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨਾ ਸਾਥੀ ਨੂੰ ਫੁੱਲ ਟਾਈਮ ਓਪਨ ਵਰਕ ਪਰਮਿਟ ਮਿਲੇਗਾ ਮੌਕਾ ਬਿਨੇਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ ਕਿਉਂਕਿ ਇਹ ਸਹੂਲਤ ਪਰਿਵਾਰਕ ਸੈਟਲਮੈਂਟ ਪ੍ਰੋਗਰਾਮ ਦੇ ਅਧੀਨ ਹੈ ਕੈਨੇਡਾ ਜਾਣ ਦੇ ਲਈ ਕਿਸੇ ਤਰ੍ਹਾਂ ਦੇ ਫੰਡ ਦੇ ਕੋਈ ਵੀ ਲੋੜ ਨਹੀਂ ਹੋਵੇਗੀ ਰਿਫਿਊਜਲ ਵਾਲੇ ਵੀ ਅਪਲਾਈ ਕਰ ਸਕਦੇ ਹਨ ਇਸ ਸਬੰਧੀ ਵਧੇਰੇ ਜਾਣਕਾਰੀ ਦੇ ਲਈ ਤੁਸੀਂ 9592 26969 ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲੀ ਖਬਰ ਹੈ ਪੰਜਾਬ ਦੀ ਸਿਆਸੀ ਦਵਿਦਰਦ ਵਿੱਚ ਨਵਜੋਤ ਸਿੱਧੂ ਦੀ ਐਂਟਰੀ ਸੀਐਮ ਮਾਨ ਨੂੰ ਕਿਹਾ ਪਗੋੜਾ ਮੁੱਖ ਮੰਤਰੀ ਤਾਂ ਦੋਸਤੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘਾ ਸੁਧੂ ਨੇ ਹੁਣ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇਵਸਾ ਜਾਨਿਕ 1 ਨਵੰਬਰ ਨੂੰ ਦਿੱਤੀ ਖੁੱਲੀ ਬਹਿਸ ਦੇ ਚਨੌਤੇ ਦੇ ਵਿੱਚ ਐਂਟਰੀ ਕੀਤੀ ਹੈ ਨਵਜੋਤ ਸਿੰਘਾ ਸੁਧੂ ਨੇ ਪੰਜਾਬ ਦੇ ਰਾਏਪਾਲ ਦੇ ਵੱਲੋਂ ਮੱਖ ਮੰਤਰੀ ਨੂੰ ਸੂਬੇ ਦੀ ਆਰਥਿਕ ਸਥਿਤੀ ਬਾਰੇ ਲੇਖੇ ਪੱਤਰਾਂ ਤੇ ਪੁੱਛੇ ਗਏ ਸਵਾਲਾਂ ਬਾਰੇ ਟਵੀਟ ਕੀਤਾ ਰਾਏਪਾਲ ਦੇ ਪਤਰ ਨੂੰ ਟਵੀਟ ਕਰਦੇ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਕੀ ਤੁਸੀਂ ਸੂਬੇ ਨੂੰ ਵਿੱਤੀ ਐਮਰਜੈਂਸੀ ਵਰਗੇ ਸਥਿਤੀ ਵਿੱਚ ਚੱਲ ਜਾਣ ਦੇ ਮੁੱਦੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਬਹਿਸ ਕਰਨ ਦੀ ਹਿੰਮਤ ਰੱਖਦੇ ਹੋ ਸੀਐਮ ਮਾਨ ਨੂੰ ਕਿਹਾ ਪਗੋੜਾ ਮੁੱਖ ਮੰਤਰੀ ਨਵਜੋਤ ਸਿੰਘਾ ਸਿੱਧੂ ਨੇ ਭਗਵੰਤ ਮਾਨ ਨੂੰ ਪਗੋੜਾ ਮੁੱਖ ਮੰਤਰੀ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੇਤ ਸ਼ਰਾਬ ਅਤੇ ਕੇਵਲ ਵਰਗੇ ਮਾਫੀਆ ਨੂੰ ਸੁਰੱਖਿਆ ਕੌਣ ਦੇ ਰਿਹਾ ਹੈ ਸੁੱਬੇ ਦੇ ਮਾਲੀਏ ਨੂੰ ਮਾਫੀਆ ਦੇ ਵੱਲੋਂ ਲੁੱਟਿਆ ਜਾ ਰਿਹਾ ਤੇ ਸਰਕਾਰ ਆਮ ਜਨਤਾ ਤੇ ਲਗਾਏ ਟੈਕਸਾਂ ਅਤੇ ਉਧਾਰ ਪੈਸੇ ਤੇ ਚੱਲ ਰਹੀ ਹੈ ਸਿੱਧੂ ਨੇ ਦੱਸਿਆ ਕਿ ਪੰਜਾਬ ਸਰ ਸ ਕਰੀਬ 60000 ਕਰੋੜ ਰੁਪਏ ਦਾ ਕਰਜ਼ਾ ਤੇ ਰਾਏਪਾਲ ਦੇ ਵੱਲੋਂ ਲਿਖੀ ਚਿੱਠੀ ਤੋਂ ਤੁਹਾਡਾ ਸਾਰਾ ਝੂਠ ਸਾਹਮਣੇ ਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ শ্রোਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਬਣੇਗੀ ਅਪਾਰ ਆਈਡੀ ਜਾਣੋ ਡਿਟੇਲ ਤਾਂ ਦੋਸਤੋ ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਮਹੱਤਵਪੂਰਨ ਤਬਦੀਲੀਆਂ ਹੋ ਰਹੀਆਂ ਹਨ ਇਸ سلسلے ਦੇ ਵਿੱਚ ਹੁਣ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ ਇਸ ਤਰ੍ਹਾਂ ਤਾਂ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਵੱਖਰਾ ਵਿਲੱਖਣ ਪਛਾਣ ਪੱਤਰ ਤਿਆਰ ਕੀਤਾ ਜਾਵੇਗਾ ਇਹ ਆਈਡੀ ਬਿਲਕੁਲ ਆਧਾਰ ਕਾਰਡ ਵਰਗੀ ਹੋਵੇਗੀ ਜਿਸ ਵਿੱਚ ਵਿਦਿਆਰਥੀਆਂ ਦਾ ਪੂਰਾ ਵੇਰਵਾ ਉਪਲਬਧ ਹੋਵੇਗਾ ਇਹ ਫੈਸਲਾ ਹਾਲ ਹੀ ਦੇ ਵਿੱਚ ਸਿੱਖਿਆ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਲਿਆ ਗਿਆ ਤੇ ਐਸਾ ਆਈਡੀ ਦਾ ਨਾਮ ਆਪਾਰ ਆਈਡੀ ਹੋਵੇਗਾ ਆਪਾਰ ਦਾ ਪੂਰਾ ਅਰਥ ਹੈ ਆਟੋਮੈਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਿਜਟਰੀ ਕੇਂਦਰੀ ਸਿੱਖਿਆ ਮੰਤਰਾਲੇ ਦੇ ਵੱਲੋਂ ਇਹ ਆਈਡੀ ਕਾਰਡ ਬਣਾਉਣ ਪਿੱਛੇ ਮਕਸਦ ਇਹ ਹੈ ਕਿ ਸਾਰੇ ਵਿਦਿਆਰਥੀਆਂ ਨੇ ਵਿਦਿਆਕ ਖੇਡਾਂ ਹੁਨਰ ਤੋਂ ਲੈ ਕੇ ਹਰ ਛੋਟੀ ਵੱਡੀ ਜਾਣਕਾਰੀ ਇੱਕੋ ਥਾਂ ਤੇ ਉਪਲਬਧ ਹੋਵੇਗੀ। ਅਗਲੀ ਖਬਰ ਟੋਲ ਪਲਾਜ਼ਾ ਤੇ ਹਿੰਸਾ ਕਰਨੀ ਪਵੇਗੀ ਮਹਿੰਗੀ ਐਨ ਐਚ ਆਈ ਨੇ ਸੁਰੱਖਿਆ ਵਧਾਉਣ ਦੇ ਲਈ ਜਾਰੀ ਕੀਤੇ ਨਵੇਂ ਨਿਯਮ। ਐਨ ਐਚ ਆਈ ਨੇ ਨਵੀਂ ਸਟੈਂਡਰਡ ਆਪਰੇਟਿੰਗ ਪ੍ਰੋਡਿਊਸਰ ਜਾਰੀ ਕੀਤੀ ਹੈ। ਜਿਹਦੇ ਤਹਿਤ ਟੋਲ ਪਲਾਜ਼ਾ ਦੇ ਮੈਨੇਜਰ ਤੇ ਸੁਪਰਵਾਈਜ਼ਰ ਬੇਕਾਬੂ ਯਾਤਰੀਆਂ ਦੇ ਨਾਲ ਨੈਪਟਨ ਦੇ ਦੌਰਾਨ ਬਾਡੀ ਕੈਮਰੇ ਪਹਿਨਣਗੇ ਇਸ ਦੇ ਨਾਲ ਟੋਲ ਪਲਾਜ਼ਾ ਤੇ ਘਟਨਾਵਾਂ ਨੂੰ ਰਿਕਾਰਡ ਕਰਨ ਦੇ ਵਿੱਚ ਮਦਦ ਮਿਲੇਗੀ ਐਨ ਐਚ ਏ ਆਈ ਨੇ ਕਹਿ ਕੇ ਇਹ ਕਦਮ ਯਾਤਰੀਆਂ ਤੇ ਟੋਲ ਆਪਰੇਟਰਾਂ ਦੀ ਸੁਰੱਖਿਆ ਝਗੜੇ ਦੀਆਂ ਘਟਨਾਵਾਂ ਨੂੰ ਘਟਾ ਕਰਨ ਤੇ ਟੋਲ ਪਲਾਜ਼ਾ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਚੁੱਕਿਆ ਗਿਆ ਹੈ ਐਨ ਐਲ ਏ ਆਈ ਨੇ ਖਤ ਤੌਰ ਤੇ ਅਜੰਸੀ ਦੇ ਫੀਲਡ ਅਧਿਕਾਰੀਆਂ ਦੇ ਲਈ ਦੇਸ਼ ਨਿਰਦੇਸ਼ ਸਨੇ ਐਸਓਪੀ ਨੂੰ ਵੀ ਵਿਸਤ੍ਰਿਤ ਕੀਤਾ ਤਾਂ ਕਿ ਇਹ ਨਿਹਚਾ ਤੱਕ ਕੀਤਾ ਜਾ ਸਕੇ ਕਿ ਟੂਲ ਸੰਗ੍ਰਹਿ ਪ੍ਰਕਿਰਿਆ ਪਾਰਦਰਸ਼ੀ ਬਣੀ ਰਹੇ ਅਜੰਸੀ ਨੇ ਆਪਣੇ ਅਧਿਕਾਰੀਆਂ ਦੇ ਲਈ ਐਸਓਪੀ ਜਾਰੀ ਕੀਤੇ ਜਿਸ ਵਿੱਚ ਕਿਹਾ ਗਿਆ ਕਿ ਇਸਤੇਮਾਲ ਕੀਤੀ ਜਾਣ ਵਾਲੀ ਸੜਕ ਤੇ ਕੰਟਰੋਲ ਵਿਵਹਾਰ ਦੇ ਮਾਮਲੇ ਵਿੱਚ ਲੈਣ ਸੁਪਰਵਾਈਜ਼ਰ ਦਖਲ ਦੇ ਕੇ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਅਧਿਹਾ ਕਰਦੇ ਸਮੇਂ ਉਹਨਾਂ ਨੂੰ ਬਾਡੀ ਕੈਮਰੇ ਪੈਨਣੇ ਪੈਣਗੇ ਤਾਂ ਜੋ ਟੂਲਪਲਾਜ ਜਾਤੇ ਹਿੰਸਾ ਦੀ ਪੂਰੀ ਘਟਨਾ ਨੂੰ ਰਿਕਾਰਡ ਕੀਤਾ ਜਾ ਸਕੇ ਅਗਲੀ ਖਬਰ ਅੱਜ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦਾ ਹੈ દિਵਾਲੀ ਦਾ ਵੱਡਾ ਤੋਹਫਾ ਫੈਸਲੇ ਤੇ ਲੱਗ ਸਕਦੇ ਆ ਮੋਹਰ ਤੁਹਾਨੂੰ ਉਸ ਤੋਂ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਮਿਲ ਸਕਦਾ ਅੱਜ ਜਾਨਕਿ ਬੁੱਧਵਾਰ ਨੂੰ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ ਵਿੱਚ 4% ਤੱਕ ਦਾ ਵਾਅਦਾ ਹੋ ਸਕਦਾ ਹੈ CNBC ਅਬਾਈਡ ਦੀ ਐਕਸਕਲੂਸਿਵ ਖਬਰ ਦੇ ਮੁਤਾਬਕ ਸਰਕਾਰ ਮੁਲਾਇਮਾਂ ਦੇ ਮਹਿੰਗਾਈ ਪੱਤਰ ਵਿੱਚ 4% ਤੱਕ ਵਾਧਾ ਕਰ ਸਕਦੇ ਐਸ ਬਾਰੇ ਅੱਜ ਹੋਣ ਵਾਲੀ ਮੀਟਿੰਗ ਵਿੱਚ ਵੱਡਾ ਫੈਸਲਾ ਹੋ ਸਕਦਾ ਹੈ। ਅਗਲੀ ਖਬਰ ਜਨਮ ਦਿਨ ਵਾਲੇ ਦਿਨ ਰਾਜਪਾਲ ਨੇ ਸੀਐਮ ਮਾਨ ਤੋਂ ਮੰਗਿਆ 10000 ਕਰੋੜ ਰੁਪਏ ਦੇ ਭਾੜੇ ਦਾ ਹਿਸਾਬ ਮੁਆਫਤਾ ਵੇਲੇ ਨੂੰ ਲੈ ਕੇ ਵੀ ਕੀਤੀ ਟਿੱਪਣੀ। ਪੰਜਾਬ ਦੇ ਰਾਜਪਾਲ ਬਣਵਾਰੀ ਲਾਲਾ ਪ੍ਰਵਤ ਨੇ ਮੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਜਨਮ ਦਿਨ ਤੇ ਚਿੱਠੀ ਲਿਖ ਕੇ ਖਾਤਨ ਵਿੱਚ ਬਦਲਾ ਅਤੇ ਉਧਾਰ ਲੈਣ ਦੇ ਵਿੱਚ 10 ਹਜ਼ਾਰ ਕਰੋੜ ਰੁਪਏ ਦੇ ਪਾੜੇ ਬਾਰੇ ਸਪਸ਼ਟਿਕਾਰਨ ਦੇਣ ਦੇ ਲਈ ਕਿਹਾ ਪੰਜਾਬ ਦੇ ਰਾਜਪਾਲ ਨੇ ਕਹਿ ਕੇ ਸੁੱਬੇ ਤੋਂ ਉਮੀਦ ਹੈ ਕਿ ਜੰਦਿਆ ਕਿ ਉਹ ਆਪਣੇ ਘਟ ਵਿੱਤੀ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਵਿਵੇਕਸ਼ੀਲ ਵਿਅਕਤੀ ਨੀਤਾਂ ਦੀ ਪਾਲਣਾ ਕਰੇਗਾ ਹਾਲਾਂਕਿ ਉਪਲਬਧ ਜਾਣਕਾਰੀ ਦੇ ਅਨੁਸਾਰ ਸੁਭਾ ਸਰਕਾਰ ਆਪਣੇ ਵਿੱਤੀ ਸਰੋਤਾਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕੇ ਦੇ ਨਾਲ ਪ੍ਰਬੰਧਨ ਨਹੀਂ ਕਰ ਰਹੀ ਹੈ ਰਾਏਪਾਲ ਨੇ ਪੱਤਰ ਦੇ ਰਾਏ ਉਧਾਰਨ ਦੇ ਲਈ 2022-23 ਦੇ ਅੰਕੜੇ ਪੇਸ਼ ਕੀਤੇ ਅੰਕੜਿਆਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਇਸ ਸਮੇਂ ਦਰਾਂ 10000 ਕਰੋੜ ਰੁਪਏ ਦਾ ਕਰਜ ਲੈ ਪ੍ਰਵਾਨਿਤ ਰਕਮ ਰੁਪਏ ਦੇ ਮੁਕਾਬਲੇ 33886 ਕਰੋੜ ਰੁਪਏ 32835 ਕਰੋੜ ਰੁਪਏ ਤੋਂ ਬਾਅਦ ਹੈ ਬਜਟ ਦੇ ਵਿੱਚ ਹੈ ਰਾਜ ਵਿਧਾਨ ਸਭਾ ਦੁਆਰਾ ਮੂਲ ਰੂਪ ਦੇ ਬਜਟ ਪਰਵਾਨ ਕੀਤੇ ਗੀ ਰਕਮ ਦੇ ਨਾਲੋਂ 10000 ਕਰੋੜ ਵੱਧ ਹੈ ਰਾਏਪਾਲ ਨੇ ਅੱਗੇ ਕਹਿ ਕੇ ਹਜ਼ਾਰਾਂ ਕਰੋੜ ਦੇ ਪੜੇ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਭਾਵਸ਼ਾਲੀ ਪੂੰਜੀ ਖਰਚੇ ਰਪਏ ਤੋਂ ਬਾਅਦ ਘਟੇ ਹਨ ਇਸ ਦੇ ਲਈ ਕੈਗ ਨੇ ਕਰਜ਼ੇ ਦੇ ਵਿੱਚ ਰਪਏ ਦੇ ਵਾਧੇ ਵੱਲ ਇਸ਼ਾਰਾ ਕੀਤਾ ਹੈ ਲੋੜਵੰਦਾਂ ਨੂੰ ਦੇਵ ਮਾਫਤਾ ਬਿਜਲੀ ਸੂਲਤਾ ਪਤਰ ਦੇ ਰਹੀ ਕਈ ਆંકੜੇ ਪੇਸ਼ ਕਰਦੇ ਰਾਏਪਾਲ ਨੇ ਪੰਜਾਬ ਸਰਕਾਰ ਦੇ ਵੱਲੋਂ ਸੁਭਾਵਾਸ ਨੂੰ ਦਿੱਤੇ ਜਾ ਰਹੀ ਮਾਫਤਾ ਪੈਨਸੋ ਜਨਾਟਾ ਪ੍ਰਤੀ ਮਿਨਾ ਬਿਜਲੀ ਨੂੰ ਵੀ ਨਿਸ਼ਾਨਾ ਬਣਾਇਆ ਹੈ ਉਹਨਾਂ ਨੇ ਕਹਿ ਕੇ ਅਸਲ ਦੇ ਵਿੱਚ ਬੇਈਮਾਨ ਤਤਾਂ ਦੇ ਦੁਆਰਾ ਵੱਡੇ ਪੱਧਰ ਤੇ ਬਿਜਲੀ ਨੂੰ ਚੋਰੀ ਕੀਤਾ ਜਾ ਰਿਹਾ ਚੰਗਾ ਸ਼ਾਸਨ ਇਹ ਮੰਗਦਾ ਹੈ ਕਿ ਅਜਾ ਹੀ ਬਿਜਲੀ ਦੀ ਚੋਰੀ ਨੂੰ ਰੋਕਿਆ ਜਾਣਾ ਚਾਹੀਦਾ ਅਤੇ ਨਤੀਜੇ ਵਜੋਂ ਹੋਣ ਵਾਲੀ ਬਚਤ ਨੂੰ ਸਮਾਜ ਦੇ ਕਮਜ਼ੋਰਾਂ ਵਰਗਾਂ ਨੂੰ ਸਬਸਿਡੀ ਦੇਣ ਦੇ ਲਈ ਵਰਤਿਆ ਜਾਣਾ ਚਾਹੀਦਾ ਅਜਿਹਾ ਨਾ ਹੋਵੇ ਕਿ ਇਹ ਜਨਤਕ ਪੈਸੇ ਨੂੰ ਗੈਰ ਕਾਨੂੰਨੀ ਟੰਗ ਦੇ ਨਾਲ ਅਮੀਰ ਬਣਾਉਣ ਦੇ ਲਈ ਮੋੜਿਆ ਜਾਵੇ ਅਗਲੀ ਖਬਰ 4 ਦਿਨ ਰਾਹਤ ਫਿਰ ਆਉਣ ਵਾਲੀ ਹੈ ਵੱਡੀ ਆਫਤ ਸਵੇਰ ਦੇ ਨਾਲ ਠੰਡੀਆਂ ਹਵਾਵਾਂ ਦੇ ਨਾਲ ਉੱਤਰ ਭਾਰਤ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਦਰਅਸਲ ਮੀਂਹ ਦੇ ਕਾਰਨ ਤਾਪਮਨ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਮੌਸਮਾ ਵਿਭਾਗ ਦੀ ਮੰਨੀਆਂ ਤਾਂ ਅੱਜ ਯਾਨੀ ਬੁੱਧਵਾਰ ਨੂੰ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਸਨ ਬੇਚਾ ਗੜੇ ਮਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਉੱਤਰੀ ਮੱਧ ਪ੍ਰਦੇਸ਼ ਅਤੇ ਗੋਆ ਦੇ ਕੁਝ ਸਨਭੇਚਾ ਹਲਕੀ ਬਾਰਿਸ਼ ਹੋ ਸਕਦੇ ਉੱਤਰ ਭਾਰਤ ਵਿੱਚ ਸਰਗਰਮਾਪਾ ਚਮੀ ਗੜਬੜੀ ਦੇ ਕਾਰਨ ਪੰਜਾਬ ਦੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਚੱਲਦਿਆਂ ਸਵੇਰੇ ਦੇ ਵਿੱਚ ਠੰਡ ਨੇ 10 ਤੱਕ ਦੇ ਦਿੱਤੇ ਆ ਮੌਸਮ ਵਿਭਾਗ ਦੀ ਮੰਨਣ ਹੈ ਤਾਂ ਵੱਧਵਾਰ ਯਾਨੀ ਕਿ ਅੱਜ ਤੋਂ ਮੌਸਮਾ ਸਾਫ਼ ਰਹਿਣ ਦੀ ਸੰਭਾਵਨਾ ਤੇ ਆਉਂਦੇ 4 ਦਿਨਾਂ ਤੱਕ ਮੌਸਮਾ ਅਜਿਹਾ ਹੀ ਰਹਿਣ ਵਾਲਾ ਤੇ ਹੁਣ ਤਾਪਮਾਨ ਘਟਣ ਦੇ ਕਾਰਨ ਠੰਡਕ ਰਹਿਣ ਦੀ ਸੰਭਾਵਨਾ ਹੈ ਦੀਵਾਲੀ ਤੋਂ ਪਹਿਲਾਂ ਰੋਡਵੇ ਦਾ ਮਲਾਇਮਾ ਨੂੰ ਵੱਡਾ ਧੂਫਾ ਤੈਨੂੰ ਸੌ ਕੰਡਕਟਰਾਂ ਦੀ ਭਰਤੀ ਨੂੰ ਵੀ ਮਿਲੀ ਮਨਜ਼ੂਰੀ ਤੁਹਾਨੂੰ ਸਤ ਹਿਮਾਚਲ ਰੋਡਾ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਨਵੀਆਂ ਨੌਕਰੀਆਂ ਨਿਕਲਣ ਜਾ ਰਹੀਆਂ ਹਨ ਤੇ ਹਿਮਾਚਲ ਰੋਡਾ ਟ੍ਰਾਂਸਪੋਰਟ ਕਰੀਬ 390 ਕੰਡਕਟਰਾਂ ਦੀ ਭਰਤੀ ਕਰਨ ਜਾ ਰਿਹਾ ਤਹਿਦਾ ਫੈਸਲਾ ਬੀਤੇ ਦਿਨ ਸਰਕਾਰ ਅਤੇ ਰੋਡਵੇ ਦੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ ਅਗਲੀ ਖਬਰ ਤਿਹਾਰੀ ਸੀਜ਼ਨ ਦੇ ਦੌਰਾਨ ਮੰਗਾਂ ਵਧਣ ਦੇ ਕਾਰਨ ਕਣਕ ਦੀਆਂ ਕੀਮਤਾਂ ਦੇ ਵਿੱਚ ਆਤੀ ਜਿਹਦੇ ਨਾਲ ਆਇਆ ਉਛਾਲ 6 ਮਹੀਨਿਆਂ ਦੇ ਵਿੱਚ 25% ਤੱਕ ਦਾ ਵਧਿਆਪਾ ਤਿਹਾਰਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਪਾਰਿਆ ਤਿਹਾਰੀ ਸੀਜ਼ਨ ਕਾਰਨ ਭਾਰੀ ਮੰਗ ਨੂੰ ਦੇਖਦੇ ਹੋਏ ਖਰੇਲੂ ਬਾਜ਼ਾਰ ਦੇ ਵਿੱਚ ਆ ਕਣਕ ਦੀ ਕੀਮਤਾਂ 8 ਮਹੀਨਿਆਂ ਦੇ ਉੱਚਾ ਪੱਧਰ ਤੇ ਪਹੁੰਚ ਗਏ ਅਜਿਹੇ ਵਿੱਚ ਮੰਨਿਆ ਜਾ ਰਿਹਾ ਕਿ ਕੀਮਤਾਂ ਦੇ ਵਿੱਚ ਵਾਧੇ ਤੇ ਕਾਬੂ ਪਾਉਣ ਦੇ ਲਈ ਸਰਕਾਰ ਖੁੱਲੀ ਮੰਡੀ ਵਿੱਚ ਆਪਣੀ ਵਸਤੂ ਤੋਂ ਜ਼ਿਆਦਾ ਕਣਕ ਛੱਡ ਸਕਦੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਘਰੇਲੂ ਮੰਡੀ ਦੇ ਵਿੱਚ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਕਣਕ ਦੀ ਬਰਾਮਦਦਾਰ ਤੇ ਡਿਊਟੀ ਖਤਮ ਕਰ ਸਕਦੇ ਆ ਤਾਂ ਜੋ ਬਰਾਮਦ ਨੂੰ ਸਸਤਾ ਕੀਤਾ ਜਾ ਸਕੇ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਬਾਜ਼ਾਰ ਕਣਕ ਦਾ ਮੰਗਲਵਾਰ 17 ਅਕਤੂਬਰ ਨੂੰ 1.6 ਪ੍ਰਤੀਸ਼ਾਤਾ ਵਧ ਕੇ 27990 ਰੁਪਏ ਪ੍ਰਤੀ ਮੀਟਰਕਾ ਟਾਂਤੇ ਪਹੁੰਚ ਗਈ ਸੀ ਜੋ ਕਿ 10 ਫਰਵਰੀ 2023 ਤੋਂ ਬਾਅਦ ਸਭ ਤੋਂ ਉੱਚੀ ਕੀਮਤ ਹੈ ਪਿਛਲੇ 6 ਮਹੀਨਿਆਂ ਦੇ ਵਿਚ ਕਣਕ ਦੀਆਂ ਕੀਮਤਾਂ ਦੇ ਵਿਚ 22% ਤੱਕ ਵਾਧਾ ਹੋਇਆ ਹੈ ਜੇ ਕਣਕ ਦੀਆਂ ਕੀਮਤਾਂ ਬਾਦਨ ਰਹੀਆਂ ਤਾਂ ਪਰਚੂਨਾ ਮਹਿੰਗਾਈ ਵਾਹ ਸਕਦੀ ਹੈ ਤੇ ਖੁਰਾਕੀ ਮਹਿੰਗਾਈ ਵਾਹ ਸਕਦੀ ਹੈ ਅਗਲੀ ਖਬਰ ਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮੰਗਾਈ ਤੋਂ ਵੱਡੀ ਡਬਲ ਰਾਹਤ ਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮੰਗਾਈ ਤੋਂ ਵੱਡੀ ਰਾਹਤ ਮਿਲਿਆ ਪਿਛਲੇ ਮਹੀਨੇ ਪਰਚੂਨਾਂ ਮੰਗਾਈ ਰਿਜ਼ਰਵ ਬੈਂਕ ਆਫ ਇੰਡੀਆ ਦੇ ਟੋਲਰੈਂਸ ਪਦਰਤ ਤੋਂ ਹੇਠਾਂ ਆ ਗਈ ਸੀ ਉੱਥੇ ਦੂਜੇ ਪਾਸੇ ਥੋਕ ਮੰਗਾਈ ਲਗਾਤਾਰ 6 ਮਹੀਨੇ 0 ਤੋਂ ਹੇਠਾਂ ਮਾਈਨਸ ਪਦਰਤੇ ਬਣੀ ਹੋਈਆ ਸੋਮਵਾਰ ਨੂੰ ਆਏ ਅੰਕੜਿਆਂ ਦੇ ਮੁਤਾਬਕ ਕਸਟਮਰ ਦੇ ਵਿੱਚ ਥੋਕ ਮੰਗਾਈ ਵਿੱਚ 0.26 ਫੀਸਰੀ ਗ੍ਰਾਵਟਾਈ ਅਗਸਤ ਮਹੀਨੇ ਦੇ ਵਿੱਚ ਤੋਂ ਘੰਗਾਈ ਦਰ 5 ਮਹੀਨਿਆਂ ਦੇ ਉੱਚ ਪੱਧਰ 0 0.52 ਫੀਸਰੀ ਤੇ ਪਹੁੰਚ ਗਈ ਇਸ ਅਰਥ ਸਾਸਤਰੀਆਂ ਦੇ ਅਨੁਸਾਰ ਲਗਾਇਆ ਗਿਆ ਅਨੁਮਾਨ ਸਤੰਬਰ ਦੇ ਵਿੱਚ ਹੌਲ ਸੇਲ ਪ੍ਰਾਈਸ ਇੰਡੈਕਸ ਦੇ ਵਿੱਚ 0.5 ਫੀਸਰੀ ਦਰ ਦੇ ਨਾਲ ਵਧਾ ਹੋਵੇਗਾ ਅਗਸਤ ਵਿੱਚ 0.20 ਫੀਸਰੀ ਵਧਨ ਤੋਂ ਬਾਅਦ ਦਾ ਮਹੀਨਾ ਦਰ ਮਹੀਨਾ ਆਧਾਰ ਤੇ ਸਤੰਬਰ ਦੇ ਵਿੱਚ ਥੋਕ ਕੀਮਤਾਂ -0.59% ਡਗਗੰਗਾ ਇਹਨਾਂ ਚਾਈ ਗ੍ਰਾਵਟਾ ਵਪਾਰ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਹਿ ਕੇ ਸਤੰਬਰ 2023 ਦੇ ਵਿੱਚ ਮਹਿੰਗਾਈ ਮੁਕਤ ਹੋਰ ਤੇ ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ ਦੇ ਵਿੱਚ ਕੈਮੀਕਲ ਅਤੇ ਕੈਮੀਕਲ ਪ੍ਰੋਡਕਟਸ ਮਿਨਰਲ ਆਇਲ ਟੈਕਸਟਾਈਲ ਬੇਸ ਕ ਮੈਟਲਸ ਅਤੇ ਪੂੜਾ ਪ੍ਰੋਡਕਟਸ ਦੀਆਂ ਕੀਮਤਾਂ ਦੇ ਵਿੱਚ ਗ੍ਰਾਵਟ ਕਾਰਨ ਹੈ